ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿੱਠਾ ਜੀ ਬੜੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਸਾਰੀ ਰਾਤ ਬਹੁਤ ਜ਼ਿਆਦਾ ਹਲਚਲ ਮਚੀ ਰਹੀ ਸੋਸ਼ਲ ਮੀਡੀਆ ਤੇ ਕਿ ਤਰੀਕ ਇਨਸਾਫ ਜਲਸਾ ਹੋ ਰਿਹਾ ਹੈ ਔਰ 26 ਕਰੋੜ ਆਵਾਮ ਭਾਰਤ ਤੋਂ 26 ਕਰੋੜ ਆਵਾਮ افغانستان ਤੋਂ 26 ਪਾਕਿਸਤਾਨ ਤੋਂ ਤੇ 26 ਈਰਾਨ ਤੋਂ ਇਹ ਪਹੁੰਚ ਰਿਹਾ ਨੇ तकरीबन ਕੁ ਡੈਡ ਅਰਬ ਅ ਬੰਦਾ ਜਿਹੜਾ ਉਹ ਨੇ اسلام آباد ਤਰਨੌਲ ਇੱਕ ਜਗ੍ਹਾ ਉੱਥੇ ਸਵਾ ਕਨਾਲ ਦਾ ਪਲਾਟ ਉੱਥੇ ਇਹ ਜਲਸਾ ਹੋ ਰਿਹਾ ਤਰੀਕ ਇਨਸਾਫ ਦਾ ਤੇ ਸਵਾ ਸਵਾ ਅਰਬ ਦੇ ਲੋਕ ਜਿਹੜੇ ਨੇ ਉਹ ਉੱਥੇ ਪਹੁੰਚਨੇ ਨੇ ਇਸ ਸਾਰੀ ਰਾਤ ਅਯੁਥਿਆ ਜਿਹੜੇ ਇਹ ਨੰਗਾ ਨਾਚ ਨਾਸ਼ਤਰ ਹੈ ਟਵਿੱਟਰ ਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਮਾਮਲੇ ਗ੍ਰਿਫਤਾਰੀਆਂ ਕਟਾਪਾ ਇਹ ਨਾਲ ਨਾਲ ਚੱਲਦਾ ਰਿਹਾ ਸਾਰੀ ਤਫਸੀਲ ਤੁਹਾਡੇ ਸਾਹਮਣੇ ਅਸੀਂ ਰੱਖਨੇ ਔਰ ਵੀ ਬਹੁਤ ਸਾਰੀਆਂ ਖਬਰਾਂ ਨੇ ਬੜੇ ਬੜੇ ਰੋਹਾਨੀ ਬਾਪ ਗ੍ਰਿਫਤਾਰ ਹੋ ਚੁੱਕੇ ਨੇ ਬੜੇ ਬੜੇ ਕੱਚੇ ਰੂਟ ਵਾਲੇ ਕੱਚੇ ਰੂਟ ਤੇ ਸ਼ਹਜ਼ਾਦੇ ਗ੍ਰਿਫਤਾਰ ਹੋਏ ਔਰ ਨਿਆਜ਼ੀ ਔਰ ਫੈਜ਼ ਦੀ ਮੁਲਾਕਾਤ ਦੇ ਬਾਰੇ ਵੀ ਤੁਹਾਨੂੰ ਦੱਸਣਾ ਤੇ ਭਾਰਤੀ ਖੁਫੀਆ ਏਜੰਸੀ اور ਤਰਨੋਲ ਜਲਸਾ ਇੱਕ ਹੀ ਗੱਠ ਜੋੜੇ ਇਹ ਵੀ ਅਸੀਂ ਤੁਹਾਡੇ ਸਾਹਮਣੇ ਰੱਖਣਾ ਹੈ ਇਸ ਤੋਂ ਪਹਿਲੇ ਅਸੀਂ ਅੱਗੇ ਚੱਲੀਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਅਗਾਂ ਵੀ ਤੁਸੀਂ ਇਹਨੂੰ ਟੋਰ ਲਓ ਜਿੰਨਾ ਜ਼ਿਆਦਾ ਟੋਰ ਸਕਦੇ ਹੋ ਕਮਾ ਸਕਦੇ ਹੋ ਯੂਥੀਆਂ ਦਾ ਰੋਹਾਨੀ ਬਾਪ ਗ੍ਰਿਫਤਾਰ ਮੁੰਡੇ ਬਾਦ ਸ਼ੇਰ ਅਫzal ਮਰਵਤ ਗ੍ਰਿਫਤਾਰ ਇਹ ਕੀ ਮਾਮਲੇ ਦੱਸਨੇ ਨਿਆਜ਼ੀ ਔਰ ਫੈਜ਼ ਦੀ ਮੁਲਾਕਾਤ ਤਰੀਕੇ ਇਨਸਾਫ ਔਰ ਭਾਰਤੀ ਏਜੰਸੀ ਰਾਹ ਦਾ ਜਲਸਾ ਵੜ ਗਿਆ ਇਹ ਕੀ ਮਾਮਲਾਤ ਨੇ ਇਹ ਤੁਹਾਡੇ ਸਾਹਮਣੇ ਅਸੀਂ ਰੱਖਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਅੱਗੇ ਵੀ ਤੁਸੀਂ ਇਹਨੂੰ ਟੋਰ ਲਓ ਜਿੰਨਾ ਜ਼ਿਆਦਾ ਟੋਰ ਸਕਦੇ ਹੋ ਪੀਟੀਆਈ ਔਰ ਭਾਰਤੀ ਏਜੰਸੀ ਰਾਹ ਦਾ ਜਲਸਾ ਵੜ ਗਿਆ ਤਰੀਕੇ ਇਨਸਾਫ ਰਾਹ ਤਾਲਬਾਨ ਸੁਨੀਤ ਹਾਦ ਕਾਉਂਸਲ ਇਹ ਚਾਰਾਂ ਹੀ ਜਮਾਤਾਂ ਜਿਹੜੀਆਂ ਨੇ ਇਹ ਤੁਹਾਨੂੰ ਪਤਾ ਪਾਕਿਸਤਾਨ ਦੇ ਦੁਸ਼ਮਣ ਇਹ ਮਤਲਬ ਇਹ ਹੈ ਨਾ ਕਿ ਭਾਰਤੀ ਖੁਫੀਆ ਏਜੰਸੀ ਜਿਹੜੀ ਹੈ ਉਹ ਪਾਕਿਸਤਾਨ ਦੇ ਵਿੱਚ ਇੱਕ ਪੂਰੀ ਪੂਰੀ ਸਿਆਸੀ ਜਮਾਤ ਬਣ ਚੁੱਕੀ ਹੈ ਤਰੀਕ ਇਨਸਾਫ ਦੀ ਸ਼ਕਲ 'ਚ ਯਾਨੀ ਕਿ ਤਰੀਕ ਇਨਸਾਫ ਜਿਹੜੀ ਹੈ ਉਹ ਖੁਫੀਆ ਏਜੰਸੀ ਰਾ ਉਹਨੂੰ ਕੰਟਰੋਲ ਕਰਦੀ ਏ ਬਕੌਲ ਰੌ ਫਰਸਨ ਸੈਕਟਰੀ ਇਤਲਾਤ ਤੋਂ ਨਸ਼ਰੀਆਤ ਸਾਰਾ ਬਿਆਨੀਆਂ ਸਾਰੇ ਪੈਸੇ ਸਾਰਾ ਕੁਝ ਸਾਰੇ ਫੰਡ ਉਹ ਕਰਦੇ ਨੇ ਇਹ ਬਕੌਲ ਸੈਕਟਰੀ ਇਤਲਾਤ ਤੋਂ ਨਸ਼ਰੀਆਤ ਦੀ ਡਾਇਰੀ ਔਰ ਉਹਦਾ ਫੋਨ ਕਿ ਪਤਾ ਨਹੀਂ ਕਿੰਨੇ ਕਰੋੜ 70 80 ਕਰੋੜ ਰੁਪਈਆ ਸਾਲਾਨਾ ਉਹ ਦਿੰਦੇ ਆ ਤਰੀਕੇ ਇਨਸਾਫ ਨੂੰ ਭਾਰਤੀ ਖੁਫੀਆ ਏਜੰਸੀ ਰਾਕੇ ਤੁਸੀਂ ਇਸ ਮੁਲਕ ਨੂੰ ਚੱਲਣ ਨਹੀਂ ਦੇਣਾ ਅਫਰਾ ਤਫਰੀ ਫਲਾਣੀ ਹੈ ਖਾਨਾ ਜੰਗੀ ਕਰਵਾਣੀ ਹੈ ਔਰ ਕੋਈ ਵੀ ਐਸਾ ਦਿਨ ਨਹੀਂ ਜਿਸ ਦਿਨ ਤੁਸੀਂ ਪਾਕਿਸਤਾਨ ਦੇ ਵਿੱਚ ਕੋਈ ਸਕੂਨ ਹੋਏ ਕੋਈ ਆਰਾਮ ਹੋਏ ਇਹ ਉਹਨਾਂ ਦੇ ਕੰਪਿਊਟਰਾਂ ਵਿੱਚੋਂ ਫੋਨਾਂ ਵਿੱਚੋਂ ਇਹ ਉਹ ਰਿਕਾਰਡ ਹੈ ਜਿਹੜਾ ਬਾਹਰ ਨਿਕਲਦਾ ਪਿਆ ਜਿਹੜਾ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਠੀਕ ਹੋਣਾ ਅਸੀਂ ਤੇ ਬੜੀ ਧੀਰ ਦੇ ਕਹਿ ਰਹੇ ਸੀ ਲੇਕਿਨ ਹੁਣ ਚਲੋ ਰਿਕਾਰਡ ਨਿਕਲਦੇ ਪਏ ਮੈਂ ਕਿਹ ਦੱਸ ਦਿਆਂ ਇਹ ਚਾਰੋਂ ਗਰੁੱਪ ਜਿਹੜੇ ਨੇ ਇਹ ਪਿਛਲੇ 1 ਸਾਲ ਤੋਂ ਇਸਲਾਮਾਬਾਦ ਦੇ ਵਿੱਚ ਜਲਸਾ ਕਰਨ ਦਾ ਪਲਾਨ ਕਰ ਰਹੇ ਸੀ ਪੀਟੀਆਈ ਰਾ ਤਲਬਾਨ ਤੇ ਸੁੰਨੀ ਇਤਿਹਾਦ ਕੌਂਸਲ ਇਹਨਾਂ ਸਾਰਿਆਂ ਦਾ ਤਬਾਅ ਇੱਕ ਹੀ ਹੈ ਨਾ ਮਤਲਬ ਕਿ ਬਾਪ ਤੇ ਇੱਕ ਹੀ ਨੇ ਸਾਰਿਆਂ ਦਾ ਇਹ ਜਲਸਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ 1 ਸਾਲ ਤੋਂ ਪਰ ਲੇਕਿਨ ਸਾਡੀਆਂ ਏਜੰਸੀਆਂ ਜਿਹੜੀਆਂ ਨੇ ਇੰਟੈਲੀਜੈਂਸ ਉਹ ਜ਼ਰੀ ਗੱਲ ਦੁਨੀਆ ਦੀਆਂ ਨੰਬਰ 1 ਏਜੰਸੀਆਂ ਜਿਹੜਾ ਅਸੀਂ ਉਹਨਾਂ ਨੂੰ ਸਲਾਮ ਪੇਸ਼ ਕਰਨੇ ਔਰ ਉਹ ਹਮੇਸ਼ਾ ਇਹਨਾਂ ਦਾ ਪਲਾਨ ਪਕੜ ਲੈਂਦੇ ਸੀ ਔਰ ਜਲਸਾ ਨਹੀਂ ਸੀ ਹੋਣ ਦਿੰਦੇ ਅੱਜ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਕਿ ਭਾਰਤੀ ਖੁਫੀਆ ਏਜੰਸੀ ਰਾਾ ਔਰ ਤਾਲਬਾਨ ਨੇ ਮਿਲ ਕੇ ਇਹ ਤਰਨੌਲ ਦੇ ਵਿੱਚ ਜਲਸਾ ਰੱਖਿਆ ਤਰੀਕੇ ਨਾਲ ਇਨਸਾਫ ਤੇ ਬਰਾਅਮ ਨਾਮ ਸੀ ਨਾ ਅਸਲ ਦੇ ਵਿੱਚ ਤੇ ਇਹ ਦੋ ਪਾਰਟੀਆਂ ਦਾ ਜਲਸਾ ਸੀ ਰਾਾ ਔਰ ਤਾਲਬਾਨ ਇਹਨਾਂ ਕੋਲੋਂ ਤੇ ਸਿਰਫ ਉਹਨਾਂ ਦੋ ਤਰਾਜ਼ਰ ਬੰਦਾ ਉੱਥੇ ਮਗਵਾਉਣਾ ਸੀ ਉਨੇ ਇਹ ਇਹ ਅਲੀਮਾ ਖੁੱਲ ਕਿਤਨੀ ਨਾ ਕਹਿ ਸਕਦੀ ਕਿ ਉਹ ਰਾ ਦੇ ਮੈਂਬਰ ਹੈ ਜਾਂ ਗੰਡਾਪੁਰ ਖੁੱਲ ਕਿਤਨੀ ਕਹਿ ਸਕਦਾ ਨਾ ਕਿ ਉਹ ਰਾ ਦੇ ਮੈਂਬਰ ਨੇ ਇਹਨਾਂ ਨੂੰ ਸਿਰਫ ਕਿਹਾ ਸੀ ਵੀ ਤੁਸੀਂ ਦੋ 4000 ਬੰਦਾ ਇਕੱਠਾ ਕਰਨਾ ਹੈ ਬਾਕੀ ਸਾਡਾ ਕੰਮ ਹੈ ਇਹ ਇਹ ਜਲਸੇ ਦੇ ਵਿੱਚ 20 ਤੋਂ 25 ਯੂਥੀਏ ਫੜਕਾਣੇ ਸੀ ਔਰ 20 ਤੋਂ 25 ਯੂਥੜ ਖਵਤਿਨ ਜਿਹੜੀਆਂ ਨੇ ਨਾ ਉਹ ਫੜਕਾਣੀਆਂ ਸੀ 50 ਦੇ ਕਰੀਬ ਬੰਦੇ ਮਾਰਨ ਦਾ ਪਲਾਨ ਸੀ ਔਰ ਉਸ ਤੋਂ ਬਾਅਦ ਖਾਨਾ ਜੰਗੀ ਫੌਜ ਤੇ ਇਲਜ਼ਾਮਾਤ اور ਇੰਤਿਸ਼ਾਰ ਫਲਾਣਾ ਸੀ। ਔਰ ਇਸ ਦਫਾ ਇਹ ਮਨਸੂਬਾ ਏਜੰਸੀਆਂ ਨੇ ਤੇ ਫੜੇ ਹੀ ਫੜਿਆ। ਲੇਕਿਨ ਇਸ ਦਫਾ ਮਨਸੂਬਾ ਗੰਡਾਪੁਰ, ਉਮਰ ਅਯੂਬ ਔਰ ਬਰਿਸਟਰ ਗੋਰ ਨੇ ਲੀਕ ਕਰ ਦਿੱਤਾ। ਔਰ ਉਹਨਾਂ ਨੇ ਅਧਾਰਿਆਂ ਨੂੰ ਸੱਚ ਬਤਾ ਦਿੱਤਾ ਕਿ ਸਰ ਜੀ ਇਹ ਕੁਝ ਹੋਣ ਵਾਲਾ। ਤੇ ਸਾਡਾ ਇਸ ਜਲਸੇ ਦੇ ਨਾਲ ਕੋਈ ਤਲਕ ਵਸਤਾ ਨਹੀਂ। ਗੰਡਾਪੁਰ, ਬਰਿਸਟਰ ਗੋਹਰ ਔਰ ਉਮਰ ਅਯੂਬ ਨੇ ਇਹ ਅਧਾਰਿਆਂ ਨੂੰ ਕਿਹਾ ਕਿ ਸਾਡਾ ਇਸ ਜਲਸੇ ਨਾਲ ਕੋਈ ਤਲਕ ਨਹੀਂ। ਇਹ ਜਲਸਾ ਤਾਲਬਾਨ ਔਰ ਰਾ ਔਰ ਅਲੀਮਾ ਇਤਰਾ ਲੋਕ ਕਰਾ ਰਹੇ ਨੇ ਸਾਡਾ ਇਹਦੇ ਨਾਲ ਕੋਈ ਤਲਕ ਵਾਸਤਾ ਨਹੀਂ ਸੀ ਤੇ ਇਹ ਇਹਨਾਂ ਦਾ ਪਲਾਨ ਜੇ ਤੇ ਇੰਨੇ ਪੈਸੇ ਫੈਂਕੇ ਗਏ ਨੇ ਤੇ ਇਹ ਸਰਕਾਰ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੋ ਉਸ ਤੋਂ ਬਾਅਦ ਫਿਰ ਇਹ ਏਜੰਸੀਆਂ ਕੋਲ ਤੇ ਪਹਿਲੇ ਹੀ ਰਿਪੋਰਟ ਸੀ ਅਸੀਂ ਵੀ ਦੱਸ ਚੁੱਕੇ ਸੀ ਪਰਸੋਂ ਚੌਥ ਐ ਇਹ ਵਾਕਿਆਤ ਹੋਣਾ ਹੋਏ ਨੇ ਔਰ ਉਸ ਤੋਂ ਬਾਅਦ ਫਿਰ ਇਹ ਜਲਸਾ ਜਿਹੜਾ ਇੰਤਜ਼ਾਮੀਆਂ ਨੇ ਮਨਜ਼ੂਰ ਕਰ ਦਿੱਤਾ ਗੰਡਾਪੁਰ ਉਮਰ ਅਯੂਬ ਔਰ ਬਰਿਸਟਰ ਗੋਰ ਦੀ ਗਵਾਹੀ ਪਾ ਕੇ ਕਿ ਇਹ ਜਲਸਾ ਅਲੀਮਾ ਖਾਨ ਭਾਰਤੀ ਖੁਫੀਆ ਏਜੰਸੀ ਰਾਹ ਔਰ ਤਾਲਬਾਨ ਮਿਲ ਕੇ ਕਰਾਰੇ ਨੇ ਪਾਕਿਸਤਾਨ ਦੇ ਵਿੱਚ ਖਾਨਾ ਜੰਗੀ ਲਵਾਉਣ ਵਾਸਤੇ ਤੇ ਇਹ ਫਿਰ ਉਹਨੂੰ ਛੱਡਿਆ ਗਿਆ ਹੁਣ ਸੋਸ਼ਲ ਮੀਡੀਆ ਤੇ ਜਲਸਾ ਅਜੇ ਵੀ ਜਾਰੀ ਹੈ ਕੋਈ ਕਹ ਰਿਹਾ ਭਾਰਤ ਤੋਂ 50 ਕਰੋੜ ਬੰਦਾ ਆ ਰਿਹਾ ਹੈ ਅਫਗਾਨਿਸਤਾਨ ਤੋਂ 80 ਕਰੋੜ ਆ ਰਿਹਾ ਹੈ ਯੂਰਪ ਵਿੱਚ 90 ਕਰੋੜ ਆ ਰਿਹਾ ਇਸ ਤਰ੍ਹਾਂ ਕਰਕੇ ਉਹਨਾਂ ਪੁਰਾਣੀਆਂ ਵੀਡੀਓ ਕਵਾ ਕਵਾ ਕੇ ਤੇ ਚਸ ਲੈ ਰਹੀ ਹੈ ਭਾਰਤੀ ਖੁਫੀਆ ਏਜੰਸੀ ਔਰ ਅਫਗਾਨੀ ਜਿਹੜੀ ਏਜੰਸੀ ਆ ਔਰ ਉਹਨਾਂ ਦੀ ਸੋਸ਼ਲ ਮੀਡੀਆ ਕੇ ਇੰਨੇ ਕਰੋੜ ਸੀ ਤੇ ਇੰਨੇ ਕਰੋੜ ਸੀ ਤੇ ਐਂ ਹੋ ਗਿਆ ਤੇ ਐਂ ਹੋ ਗਿਆ ਅਸਲ ਦੇ ਵਿੱਚ ਗੰਡਾਪੁਰ ਔਰ ਗੋਹਰ ਔਰ 우ਮਰਯੂਬ ਨੇ ਇਹ ਇਨਫਾਰਮੇਸ਼ਨ ਇਸ ਵਾਰ ਲੀਕ ਕੀਤੀ ਹੈ ਕਿ ਸਰ ਜੀ ਇਹ ਜਲਸਾ ਨਾ ਹੁੰਦੇ ਅੱਜ ਇਹ ਵਰਤੀ ਖੁਫੀਆ ਏਜੰਸੀ ਦੇ ਤਾਵਨ ਦੇ ਨਾਲ ਹੋ ਰਿਹਾ ਤੇ ਅਲੀਮਾ ਜਿਹੜੀ ਹੈ ਇਹਦੀ ਡਾਇਰੈਕਟ ਇਹਨੇ ਉਹਨਾਂ ਨਾਲ ਡੀਲ ਕਰਕੇ ਤੇ ਪੈਸੇ ਲੈ ਕੇ ਤੇ ਇਹ ਸਾਰੇ ਸ਼ਵਾਹਤ ਜਿਹੜੇ ਨੇ ਉਹਨਾਂ ਨੇ ਪੇਸ਼ ਕੀਤੇ ਅਦਾਰਿਆਂ ਨੂੰ ਤੇ ਮੈਂ ਮੈਂ ਸਲਾਮ ਪੇਸ਼ ਕਰਨਾ ਇਹ ਜਿਹੜੇ ਤਰੇ ਨੇ ਗੰਡਾਪੁਰ ਉਮਰ ਈਉਬ اور ਗੋਹਰ ਕੇ ਜਿੰਨਾ ਕੰਮ ਇਸ ਕੰਮ ਚਲੋ ਉਹਨਾਂ ਦੇ ਅੰਦਰ ਕੁਛ ਨਾ ਕੁਛ ਤੇ ਪਾਕਿਸਤਾਨ ਦੀ ਮੁਹੱਬਤ ਜਾਂ ਇਸ਼ਕ ਹੈ ਕਿ ਉਹਨਾਂ ਨੇ ਇਹ ਪਲਾਨ ਹੀ ਥੋੜ ਦਿੱਤਾ ਇਹਨਾਂ ਦਾ ਸੇ ਸ਼ੁਕਰੀਆ ਵੀ ਅਦਾ ਕਰਨੇ ਅੱਗੇ ਜਨਾਬ ਤੁਸੀਂ ਆ ਜਾਓ ਨਿਆਜ਼ੀ اور ਫੈਜ਼ ਦੀ ਮੁਰਾਕਾਤ ਇਹ ਨਿਆਜ਼ੀ ਜਿਹੜਾ ਇਹ ਕੱਲ ਕਹਿੰਦਾ ਕਿ ਫੈਜ਼ ਦਾ ਜਿਹੜਾ ਟ੍ਰਾਇਲ ਇਹ ਓਪਨ ਕੋਰਟ ਚ ਕੀਤਾ ਜਾਏ ਫੌਜੀ ਟ੍ਰਾਇਲ ਜਿਹੜਾ ਓਪਨ ਕੋਰਟ ਚ ਕੀਤਾ ਜਾਏ ਤੇ ਮੈਂ ਸਿਵਿਲੀਅਨ ਵਜ਼ੀਰ ਆਜ਼ਮਾਂ ਤੇ ਮੇਰਾ ਜਿਹੜਾ ਜਿਹੜਾ ਨਾ ਉਹ ਫੌਜੀ ਟ੍ਰਾਇਲ ਨਾ ਕੀਤਾ ਜਾਏ ਹਾਂਦਾ ਫੈਜ਼ ਦਾ ਓਪਨ ਕੋਰਟ ਚ ਕੀਤਾ ਜਾਏ ਤੇ ਮੇਰਾ ਫੌਜੀ ਟ੍ਰਾਇਲ ਹੀ ਨਾ ਕੀਤਾ ਜਾਏ ਮੈਂ ਸਿਵਿਲੀਅਨ ਵਜ਼ੀਰ ਆਜ਼ਮਾਂ ਉਸ ਤੋਂ ਬਾਅਦ ਫੌਜ ਨੇ ਇਹਨੂੰ ਜਵਾਬ ਦਿੱਤਾ ਕਿ ਤੂੰ ਫਿਕਰ ਨਾ ਕਰ ਮੌਰੀ 4213 ਟ੍ਰਾਇਲ ਜਿਹੜਾ ਅਸੀਂ ਓਪਨ ਹੀ ਕਰਾਂਗੇ ਕਰਾਂਗੇ ਵੀ ਫੌਜੀ ਤੇ ਕਰਾਂਗੇ ਵੀ ਓਪਨ ਔਰ ਪੂਰੀ ਦੁਨੀਆ ਨੂੰ ਤੇਰੇ ਕਰਤੂਤ ਦੱਸਾਂਗੇ ਮੈਨੂੰ ਲੱਗਦਾ ਹੈ ਇਹਦੀ ਜਿਹੜੀਆਂ 17 ਗੰਦੀਆਂ ਵੀਡੀਓ ਨੇ ਉਹ ਵੀ ਉਹਨਾਂ ਟ੍ਰਾਇਲ ਦੇ ਵਿੱਚ ਵਹਾਣੀਆਂ ਨੇ ਫੌਜੀ ਟ੍ਰਾਇਲ ਦੇ ਵਿੱਚ ਉਹ ਮੁੰਡੇ ਅਲੀ ਦੇ ਨਾਲ ਜਿਹੜੀ ਹੈ ਨਾ ਉਹ ਕੁਪਾ-ਕੁਪੀ ਵਾਲੀ ਉਹ ਸਭ ਤੋਂ ਪਹਿਲੇ ਵਹਾਇਆ ਜੀ ਹਾਫਤ ਸਾਹਿਬ ਉਹ ਜਿਹੜੀ ਮੁੰਡੇ ਨਾਲ ਤਾਂ ਕਿ ਇੱਕ ਤੇ ਯੁੱਥੀਆਂ ਨੂੰ ਵੀ ਠੰਡ ਪੈ ਜਾਏ ਤੇ ਇੱਕ ਪੂਰੀ ਦੁਨੀਆ ਨੇ ਦੇ ਕਰਤੂਤ ਦਾ ਵੀ ਪਤਾ ਲੱਗ ਜਾਏ ਕਿ ਇਹ ਕਿਸ ਤਰ੍ਹਾਂ ਕਹਿੰਦਾ ਹੈ ਕਿ ਫੌਜ ਜਿਹੜੀ ਹੈ ਉਹ ਫੈਜ਼ ਅਮੀਦ ਦਾ ਟ੍ਰਾਇਲ ਜਿਹੜਾ ਉਹ ਓਪਨ ਕਰਨ ਉਹ ਮਾਮਾ ਫੌਜ ਜਾਣੇ ਫੌਜ ਦਾ ਉਹ ਜਰਨਲ ਸੀ ਉਹਨਾਂ ਫੜ ਕੇ ਉਹਨੂੰ ਅੰਦਰ ਤੇ ਦਿੱਤਾ ਹੈ ਬੇਸਾਬ ਬਹੁਤ ਇਲਜ਼ਾਮਤ ਨੇ ਮੁਲਕ ਤੋੜਨ ਦੇ ਦਹਾਨੇ ਦੇ ਉੱਤੇ ਤੇਰੇ ਨਾਲ ਮਿਲ ਕੇ ਉਹ ਲੈ ਗਿਆ ਸੀ ਉਹ ਜਾਣਨ ਤੇ ਉਹਨ ਦਾ ਕੰਮ ਜਾਣ ਹੁਣ ਉਹਨੂੰ ਸਜ਼ਾ ਹੋਣੀ ਹੈ ਫੌਜੀ ਇਹ ਜਿਹੜਾ ਕਾਨੂੰਨ ਹੈ ਆਰਮੀ ਐਕਟ ਉਹਦਾ ਜਿਹੜਾ ਸੈਕਸ਼ਨ ਹੈ 31 ਉਹਦੇ ਤਹਿਤ ਉਹਨੂੰ ਸਜ਼ਾਏ ਮੌਤ ਹੋਣੀ ਹੈ ਅੱਲਾਹ ਅਲਾ ਤੇ ਖੈਰ ਸਲਾ ਤੇ ਉਸੇ ਉਸੇ ਸੈਕਸ਼ਨ 31 ਦੇ ਤਹਿਤ ਮੋਰਿਚਾਰ ਸਭੀ ਸਭ ਤੁਹਾਨੂੰ ਸਜ਼ਾ ਹੋਣੀ ਸਜ਼ਾਏ ਮੌਤ ਉਮਰ ਕਾਇਦ ਅੱਲਾਹ ਅਲਾ ਤੇ ਖੈਰ ਸਲਾ ਇੰਨੀ ਕੁ ਤੇ ਸਾਰੀ ਗੱਲ ਇਹ ਉਹਦਾ ਟ੍ਰਾਇਲ ਓਪਨ ਕਰੋ ਵੀ ਤੂੰ ਉਹਦਾ ਟ੍ਰਾਇਲ ਓਪਨ ਕਰਾ ਕੇ ਕੀ ਕਰਾਣਾ ਫਿਰ ਫੌਜ ਨੇ ਕਿਹਾ ਵੀ ਤੇਰਾ ਅਸੀਂ ਓਪਨ ਟ੍ਰਾਇਲ ਕਰਾਂਗੇ ਬਾਕੀ ਜਿਹੜੇ ਨੇ ਉਹ ਅਸੀਂ ਵੇਖ ਲੈਨੇ ਆ ਕਿ ਅਸੀਂ ਫੈਜ਼ ਜ਼ਮੀਰ ਦਾ ਕੀ ਕਰਨਾ ਤੇ ਇਹਨਾਂ ਦੋਹਾਂ ਦੀ ਮੁਲਾਕਾਤ ਜਿਹੜੀ ਹੈ ਉਹ ਹਾਫਿਜ਼ ਸਾਹਿਬ ਕਰਵਾਣਾ ਚਾਹ ਰਹੇ ਨੇ ਹੁਣ ਅਗਲੇ ਚੰਦ ਦਿਨਾਂ ਦੇ ਵਿੱਚ ਅੱਛਾ ਇਹ ਵੈਸੇ ਇਹਨਾਂ ਦੀ ਉਂਝ ਮੁਲਾਕਾਤ ਜਿਹੜੀ ਹੈ ਨਾ ਇਹ ਛੋਟੇ-ਛੋਟੇ ਫੋਨ ਹੁੰਦੇ ਨੇ ਚਾਈਨਾ ਦੇ ਉਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਨੇ ਬੜੇ ਮਹਿੰਗੇ ਉਹ ਆਂਦੇ ਨੇ ਤੇ ਉਹ ਰਾਬਤਾ ਜਿਹੜਾ ਹੈ ਨਾ ਉਹ ਉਹ ਨਹੀਂ ਨਜ਼ਰਾਂ ਦਾ ਅਦਾਰਿਆਂ ਨੂੰ ਇਹ ਹੁਣ ਤਰੇ ਚਾਰ ਫੋਨ ਸੀ ਇੱਕ ਮੁਹੰਮਦ ਅਕਰਮ ਕੋਲ ਡਿਪਟੀ ਸੁਪਰੀਡੈਂਟ ਕੋਲ ਇੱਕ ਨਿਆਜ਼ੀ ਕੋਲ ਇੱਕ ਫੈਜ਼ ਉਮੀਦ ਕੋਲ ਔਰ ਇਹ ਤਰੇਵੇ ਆਪਸ ਦੇ ਵਿੱਚ ਰਾਬਤਾ ਕਰਦੇ ਰਹੇ ਨੇ ਪਿਛਲੇ ਇੱਕ ਸਾਲ ਜਦੋਂ ਦਾ ਇਹ ਮੋਰੀ ਜੇਲ ਦੇ ਵਿੱਚ ਤੇ ਆਪਸ ਵਿੱਚ ਪਲੈਨਿੰਗਾਂ ਕਰਦੇ ਸੀ ਕਿਉਂਕਿ ਉਹ ਮੁਹੰਮਦ ਅਕਰਮ ਜਿਹੜਾ ਉਹਨੇ ਉਸ ਫੋਨ ਜਿਹੜਾ ਨੇ ਉਹ ਵੀ ਦੇ ਦਿੱਤਾ ਆਪਣਾ ਵੀ ਦੇ ਦਿੱਤਾ ਦੋ ਤੇ ਉਹਨੇ ਮੋਰੀ ਨੂੰ ਦਿੱਤੇ ਸੀ ਨਾ WhatsApp ਇਸਤੇਮਾਲ ਕਰਨ ਵਾਸਤੇ ਬਾਹਰ ਦੀ ਦੁਨੀਆ ਨਾਲ ਤੇ ਇਹ ਜਿਹੜਾ ਛੋਟਾ ਫੋਨ ਹੈ ਚਾਈਨਾ ਦਾ ਬਟਨਾਂ ਵਾਲਾ ਇਹ ਵੀ ਉਹਨੇ ਜਮ੍ਹਾਂ ਕਰਾ ਦਿੱਤਾ ਉਹਨੇ ਕਿਹਾ ਜੀ ਇੱਥੇ ਅਸੀਂ ਰਾਬਤਾ ਕਰਦੇ ਸੀ ਇਹ ਸਾਰਾ ਖਾਤਾ ਜਿਆ ਰਿਕਾਰਡ ਜੇ ਇੱਕ ਫੈਜ਼ ਕੋਲ ਜੇ ਤੇ ਇੱਕ ਮੋਰੀ ਕੋਲ ਜੇ ਇਹ ਸਾਡੇ ਤਰ੍ਹਾਂ ਦਾ ਰਾਬਤਾ ਹੁੰਦਾ ਸੀ ਤੇ ਉਹ ਫੈਜ਼ ਦਾ ਵੀ ਉਹਨੇ ਫੜ ਲਿਆ ਤੇ ਮੋਰੀ ਦਾ ਵੀ ਫੜ ਲਿਆ ਤੇ ਉਹ ਉਹ ਜਿਹੜਾ ਮੁੰਡਾ ਹੈ ਮੁਹੰਮਦ ਅਕਰਮ ਉਹ ਵਾਦਾ ਮਾਫਗੁਆ ਬਣਨ ਜਾ ਰਿਹਾ ਮੇਰੇ ਕੋਲ ਇਤਲਾ ਹੈ ਮੋਰੀ ਦੇ ਖਿਲਾਫ ਵੀ ਤੇ ਫੀਰ ਨਹੀਂ ਦੇ ਖਿਲਾਫ ਵੀ ਤੇ ਸਾਰਾ ਸਾਕਤਾ ਇਹ ਉਹ ਨਿਆਜ਼ੀ ਉਰ ਫੈਜ਼ ਦੀ ਮੁਲਾਕਾਤ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੋ ਚੁੱਕੀ ਹੈ ਇਹ ਕਿਉਂਕਿ ਦੋਨਾਂ ਦੇ ਉੱਤੇ ਹੀ سنگੀਨ ਗਰਦਾਰੀ ਮੁਕਦਮਾਤ ਨੇ ਔਰ ਦੋਨਾਂ ਨੂੰ ਹੀ ਸਜ਼ਾਏ ਮੌਤ ਹੋਣੀ ਹੈ ਤੇ ਮੈਂ ਹਾਫਿਜ਼ ਸਾਹਿਬ ਤੁਹਾਡੇ ਅੱਗੇ ਗੁਜ਼ਾਰਿਸ਼ ਕਰਨਾ ਕਿ ਜਲਦ ਜਲਦ ਮੋਰੀ 420 ਨੂੰ ਫੈਜ਼ ਅਮੀਦ ਦੇ ਕੋਲ ਲੈ ਆਓ ਉਸੇ ਬੈਰਕ ਦੇ ਵਿੱਚ ਕਿਉਂਕਿ ਕੱਲਾ ਫੈਜ਼ ਉੱਥੇ ਪਰੇਸ਼ਾਨੀ ਦੇ ਆਲਮ ਦੇ ਵਿੱਚ ਭੁੱਲ ਭਲਾਈਆਂ ਦੇ ਵਿੱਚ ਅੱਛਾ ਨਹੀਂ ਲੱਗਦਾ ਮੈਂ ਹਰ ਰੋਜ਼ ਦੇ ਫੋਨ ਤੇ ਜੋ ਗੱਲ ਕਰਦੇ ਸੀ ਤੇ ਇਹਨਾਂ ਨੂੰ ਇਕੱਠਿਆਂ ਬਿਠਾ ਦਿਓ ਨਾਲੇ ਦੇ ਇੱਕ ਦੂਜੇ ਨੂੰ ਤਮਾਚ ਮਾਰਨ ਨਾਥ ਬੈਠੇ ਬੈਠੇ ਕਿ ਤੂੰ ਮੈਨੂੰ ਫਸਾਇਆ ਉਹ ਕਹਵੇ ਤੂੰ ਮੈਨੂੰ ਫਸਾਇਆ ਉਹ ਕਹਵੇ ਤੇਰੀ ਵਜ੍ਹਾ ਤੋਂ ਫਸਿਆ ਉਹ ਕਹਵੇ ਤੇਰੀ ਵਜ੍ਹਾ ਤੋਂ ਫਸਿਆ ਇਹ ਅੰਦਰ ਆਪਸ ਦੇ ਵਿੱਚ ਲੜ ਲੜ ਕੇ ਨਾ ਇੱਕ ਦੂਜੇ ਦਾ ਕੱਖ ਕੰਡਾ ਨਹੀਂ ਛੜਨਾ ਤੇ ਜੋ ਮੇਰੇ ਕੋਲ ਇਤਲਾ ਨਿਆਜ਼ੀ ਔਰ ਫੈਜ਼ ਅਮੀਦ ਨੂੰ ਸਜ਼ਾ ਵੀ ਇੱਕ ਤਰ੍ਹਾਂ ਦੀ ਹੋਣੀ ਹੈ ਸੈਕਸ਼ਨ ਵੀ ਇੱਕ ਤਰ੍ਹਾਂ ਦਾ ਲੱਗਣਾ ਹੈ ਔਰ ਉਹ ਜਿਹੜਾ ਸੈਕਸ਼ਨ 31 ਹੈ ਉਸ ਦਾ ਮੌਦ ਹੈ ਉਹਦੇ ਚ ਉਮਰ ਕਾਦ ਵੀ ਮੇਰੇ ਖਿਆਲ ਨਾਲ ਕੋ ਨਹੀਂ ਉਹ ਸਿੱਧਾ ਸਿੱਧਾ ਕ੍ਰਿਚੂ ਕੰਮ ਹੈ ਤੇ ਇਹ ਦੋਨਾਂ ਨੂੰ ਇਕੱਠਿਆਂ ਕਰ ਦਿਓ ਹਾਫਸ ਸਾਹਿਬ ਇਹਨਾਂ ਦੀ ਮੁਲਾਕਾਤ ਕਰਾ ਦਿਓ ਤਾਂ ਕਿ ਇੱਕ ਗੱਲ ਜਿਹੜੀ ਇਹ ਅੱਗੇ ਵਧੇ ਬਹੁਤ ਸ਼ੁਕਰੀਆ ਤੁਹਾਡਾ ਅੱਛਾ ਮੁੰਡੇ ਬਾਅਦ ਸ਼ੇਰ ਅਫਜ਼ਲ ਮਰਵਦ ਜਿਹੜਾ ਉਹ ਗ੍ਰਿਫਤਾਰ ਸ਼ੇਰ ਅਫਜ਼ਲ ਮਰਵਦ ਇਹ ਚਾਇਨਾ ਦਾ ਹੀਰੋ ਇਹ ਅਫਗਾਨੀ ਇਹਦੇ ਇਹ ਇਹ ਇਹਦੇ ਮਰਖਾਨਾ ਪਿਓ ਨੇ ਅਫਗਾਨਾਂ ਨੂੰ 15-20 ਹਜ਼ਾਰ ਦੀ ਖਰੀਦੀ ਸੀ ਉਹਦੇ ਨਾਲ ਇਹੋ ਗਲਤ ਕਾਰੀਕਰਕੁਰ ਕੇ ਦੇ ਵਿੱਚੋਂ ਇਹ ਬਾਲ ਬੱਕਰ ਜਿਹੜੇ ਨੇ ਇਹ ਨਿਕਲੇ ਸੀ ਇਹ ਖੁਦ ਵੀ ਅਫਗਾਨੀ ਹੀ ਔਰ ਮੁੰਡਿਆਂ ਦਾ ਬਹੁਤ ਜ਼ਿਆਦਾ ਸ਼ੌਕੀਨ ਹੈ ਔਰ ਜਿਹੜਾ ਮੇਲਾ ਲੱਗਦਾ ਹੁੰਦਾ ਪਖਤੂਨ ਖਾ ਦੇ ਵਿੱਚ ਡੇਰਾ ਇਸਮਾਇਲ ਖਾਨ ਦੇ ਨਾਲ ਸਲਾਨਾ ਮੁੰਡਾ ਲੱਬੋ ਮੇਲਾ ਜਿੱਦੋਂ ਸੋਹਣੇ ਮੁੰਡੇ ਲੱਭਦੇ ਨੇ ਉਸ ਮੇਲੇ ਦਾ ਵੀ ਇਹ ਇੱਕ ਸ਼ਹਕਾਰ ਹੈ ਉੱਥੋਂ ਹਰ ਸਾਲ ਪੰਜ ਛੇ ਤਾਜ਼ਾ ਮੁੰਡੇ ਇਹ ਖਰੀਦਦਾ ਔਰ ਖਰੀਦ ਕੇ ਤੇ ਇੱਕ ਦੋ اسلامਬਾਦ ਰੱਖਿਆ ਨੇ ਔਰ ਬਾਕੀ ਚਾਰ ਦੁਬਈ ਦੇ ਵਿੱਚ ਰੱਖ ਦਿੰਦਾ ਹਰ ਸਾਲ ਇਹ ਮੁੰਡੇ ਚੇਂਜ ਕਰਦਾ ਜਿਵੇਂ ਸੱਪ ਹਰ ਸਾਲ ਆਪਣੀ ਇਹ ਇਹ ਜिल्ਦ ਚੇਂਜ ਕਰਦਾ ਨਾ ਕਪੜੇ ਲੰਬ ਹੈ ਸੱਪ ਜਿਹੜਾ ਨਾ ਸੱਪ ਉਹ ਹਰ ਸਾਲ ਆਪਣੀ ਜਿल्ड ਜਿਹੜੀ ਹੈ ਉਹ ਪੁਰਾਣੀ ਜਿल्ड ਉਤਾਰ ਦਿੰਦਾ ਤੇ ਨਵੀਂ ਜਿल्ड ਫਿਰ ਉਹਦੀ ਇਹ ਪੂਰਾ ਸਾਲ ਬੰਡੀ ਰਹਿੰਦੀ ਹੈ ਤੇ ਉਹ ਹਰ ਸਾਲ ਕਪੜੇ ਉਤਾਰਦਾ ਇਸੇ ਤਰ੍ਹਾਂ ਇਹ ਇਹ ਸ਼ੇਰ ਅਫਜ਼ਲ ਮਰਵਦ ਜਿਹੜਾ ਇਹ ਵੀ ਹਰ ਸਾਲ 6 ਮੁੰਡੇ ਚੇਂਜ ਕਰਦਾ ਕਿਉਂਕਿ ਇਹ ਕੱਚੇ ਰੂਟ ਦਾ ਮੁਸਾਫਰ ਹੈ ਤੇ ਬਦਕਾਰਾਂ ਦਾ ਇਹ ਆਈਜੀ ਹੈ ਇਹਨੇ ਇਹ ਇਹ ਆਪਣੇ ਜਦੋਂ ਇਹ 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 ਚੈਨਾਂ ਦਾ ਹੀਰੋ ਬਣਿਆ ਸੀ ਕਿ ਮੈਂ ਜਲਸਾ ਕਰਾਂਗਾ ਇਹ ਕਰਦਿਆਂਗਾ ਉਹ ਕਰਦਿਆਂਗਾ ਮੈਂ ਜੰਗ ਕਰਾਂਗਾ ਮੈਂ ਫੌਜ ਨੂੰ ਨਹੀਂ ਛੱਡਾਂਗਾ ਮੈਂ ਪੁਲਿਸ ਨੂੰ ਨਹੀਂ ਛੱਡਾਂਗਾ ਮੈਂ ਫਲਾ ਨਹੀਂ ਛੱਡਾਂਗਾ ਮੈਂ ਇਹ ਨਹੀਂ ਛੱਡਾਂਗਾ ਕੱਲ ਰਾਤੀ ਇਹ ਰੂਪੋਸ਼ ਹੋ ਗਿਆ ਰੂਪੋਸ਼ ਹੋਣ ਤੋਂ ਬਾਅਦ ਉਹ ਜਦੋਂ ਗੰਡਾਪੁਰਾ ਰਾਂ ਨੇ ਭਾਂਡਾ ਫੋੜ ਦਿੱਤਾ ਜੀ ਭਾਈ ਜੀ ਇਹ ਤੇ ਭਾਰਤੀ ਖੁਫੀਆ ਏਜੰਸੀ ਦਾ ਔਰ ਤਾਲਮਾਨ ਦਾ ਜਲਸਾ ਸਾਡਾ ਕੋਈ ਤਲਕ ਨਹੀਂ ਜੈ ਤੇ ਇਨਾਂ ਇੱਥੇ ਖਾਣਾ ਜੰਗੀ ਕਰਨੀ ਜੀ ਇਨੇ ਪੈਸੇ ਭੜੇ ਸੀ ਉਹਨਾਂ ਕੋਲ ਸ਼ੇਰ ਅਫਜ਼ਲ ਮਰਬਤ ਨੇ 5-7 ਕਰੋੜ ਇਹ ਚਾਨਾ ਦਾ ਹੀਰੋ ਬਣਿਆ ਸੀ ਇਹ ਕਹਿੰਦਾ ਮੈਂ ਵਾਵਾ ਉਹਨਾਂ ਇੱਥੇ ਕੱਲਾ ਜਿਹੜਾ ਹੈ ਇਹ ਛੁੱਪ ਜਾਂਦਾ ਛਾਪੇ ਛਾਪੇ ਵੱਜਦੇ ਨੇ ਇਹ ਛੁੱਪ ਜਾਂਦਾ ਝਾੜੀਆਂ ਚੂੜੀਆਂ ਵਿੱਚ ਕਿਸੇ ਗਟਰ ਗੁੱਪੇ ਚ ਇਹ ਉਸ ਗਟਰ ਵਿੱਚ ਅੱਜ ਸਵੇਰੇ ਨਿਕਲਦਾ ਸਲਾਮਾਬਾਦ ਪੁਲਿਸ ਦੀ ਵਰਦੀ ਪਾ ਕੇ ਸਾਰੀ ਰਾਤ ਝਾੜੀਆਂ 'ਚ ਛੁਪਿਆ ਰਿਹਾ ਸਲਾਮਾਬਾਦ ਪੁਲਿਸ ਦੀ ਵਰਦੀ ਪਾ ਕੇ रक्षेद ਵਿੱਚ ਬੈੰਦਾ ਤੇ ਜਲਸੇ ਅਲਜਾਰਾਬ ਜਿਹੜਾ ਜਲਸਾ ਮੰਸੂਖ ਹੋ ਚੁੱਕਿਆ ਆ ਆਪਣੇ ਦਿਲੋਂ ਉੱਥੇ ਐਂਟਰੀ ਮਾਰਨ ਦੇ ਚੱਕਰ ਇਸ ਸੀ ਕਿ ਮੈਂ ਜਦੋਂ ਐਂਟਰੀ ਮਾਰਾਂਗਾ ਤੇ ਦੋ ਚਾਰ ਦਰਜਨਾ ਉੱਥੇ ਅਫਗਾਨੀ ਤੇ ਹੋਣਗੇ ਸੱਜੇ ਖੱਬੇ ਕਿਧਰੇ ਉਹ ਨਿਕਲ ਆਣਗੇ ਤੇ ਇੱਕ ਰੌਲਾ ਬਣੇਗਾ ਤੇ ਵੀਡੀਓ ਬਣੇਗੀ ਔਰ ਮੈਂ ਛਾ ਜਾਾਂਗਾ ਔਰ ਮੈਂ ਹੀਰੋ ਬਣ ਜਾਾਂਗਾ ਯਾਨੀ ਕਿ ਐਂਟਰੀ ਮਾਰਨ ਵਾਸਤੇ ਇਸਲਾਮਾਬਾਦ ਪੁਲਿਸ ਦੀ ਅਫੀਸ਼ੀਅਲ ਵਰਦੀ ਪਾ ਕੇ ਰਖਸ਼ੇ ਦੇ ਵਿੱਚ ਬੈ ਕੇ ਉੱਥੇ ਜਾ ਰਿਹਾ ਸੀ ਤੇ ਰਸਤੇ 'ਚ ਸਾਈਆਂ ਫੜ ਲਿਆ ਫੜ ਕੇ ਤੇ ਉਹਨਾਂ ਫਿਰ ਵਰਦੀ ਰਖਸ਼ੇ ਦੇ ਵਿੱਚ ਹੀ ਲਵਾ ਲਏ ਅਲਫ ਨੰਗਾ ਕਰਕੇ ਤੇ ਇਹਨੂੰ ਫਿਰ ਥਾਣਾ ਗੋਲੜਾ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਇਹ ਰਖਸ਼ੇ ਦੇ ਵਿੱਚ ਜਦੋਂ ਨੰਗਾ ਸੀ ਉਤੋਂ ਫਿਰ ਇਹਨੇ ਪੈਗਾਮ ਜਾਰੀ ਕੀਤਾ ਕਿ ਮੈਨੂੰ ਫਲਾਣੇ ਥਾਣੇ ਲੈ ਕੇ ਜਾ ਰਹੇ ਨੇ ਉੱਥੇ ਜਾ ਕੇ ਪਹਿਲੇ ਹੀ ਹਮਲਾ ਕਰ ਦਿਓ ਅਫਗਾਨੀਆਂ ਨੂੰ ਅਫਗਾਨੀ ਜ਼ਬਾਨ ਦੇ ਵਿੱਚ ਇਹਨੇ ਐਲਾਨ ਕੀਤਾ ਕਿ ਤੁਸੀਂ ਉੱਥੇ ਪਹੁੰਚੋ ਆਪਣੇ ਦਿਨੋਂ ਤੇ ਭਾਰਤੀ ਖੁਫੀ ਏਜੰਸੀ ਨੂੰ ਔਰ ਤਾਲਬਾਨਾਂ ਨੂੰ ਪੈਗਾਮ ਦੇ ਰਿਆ ਸੀ ਕਿ ਮੈਂ ਤੁਹਾਡੀ ਵਜ੍ਹਾ ਤੋਂ ਫੜਿਆ ਗਿਆ ਨੰਗਾ ਵੀ ਹਾਂ ਕਪੜੇ ਵੀ ਉਹਨਾਂ ਲਾ ਲੈਨੇ ਤੇ ਮੈਨੂੰ ਉੱਥੇ ਗੋਲੜਾ ਦੇ ਵਿੱਚ ਲੈ ਕੇ ਜਾ ਰਹੇ ਨੇ ਤੇ ਉੱਥੇ ਘੱਲੋ ਆਪਣੇ ਲੋਕ ਤੇ ਉਹ ਥਾਣੇ ਨੂੰ ਅੱਗ ਸ਼ਕ ਲਾਣ ਤੇ ਇਹ ਉਹ ਜਦੋਂ ਬੰਦੇ ਉੱਥੇ ਜਾਂਦੇ ਨੇ ਤੇ ਪੁਲਿਸ ਅੱਗੇ ਤਿਆਰ ਸੀ ਤੇ ਉਹਨਾਂ ਉਹ ਅਫਗਾਨਡੂ ਵੀ ਫੜ ਲੈਣ ਜਿਹੜੇ ਨੂੰ ਛਡਾਣ ਵਾਸਤੇ ਆਪਣੇ ਦਿਨੋਂ ਉੱਥੇ ਆਏ ਸੀ ਤੇ ਇਹ ਨੰਗ ਪਨੰਗਾ ਜਿਹੜਾ ਇਹ 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 ਨਰਬਾਜ਼ ਨਰ ਨਰ ਕਹਿੰਦੇ ਨੇ ਮੁੰਡੇ ਨੂੰ ਨਰਬਾਜ਼ ਜਿਹੜਾ ਇਹ ਸ਼ੇਰ ਅਫਜ਼ਲ ਮਰਵਤ ਨੰਗੀ ਹਾਲਤ ਦੇ ਵਿੱਚ ਰਖਸ਼ੇ ਦੇ ਵਿੱਚ ਪੁਲਿਸ ਦੀ ਵਰਦੀ ਪਾਕ ਦੇ ਤੇ ਜਲਸੇ ਚ ਐਂਟਰੀ ਮਾਰਦਾ ਹੋਇਆ ਗ੍ਰਿਫਤਾਰ ਕਰ ਲਿਆ ਗਿਆ ਅੱਗੇ ਆਜੋ ਜੀ ਇਹ ਵੱਡੀ ਖਬਰ ਹੈ ਯੂਥੀਆਂ ਦਾ ਰੋਹਾਨੀ ਬਾਪ ਗ੍ਰਿਫਤਾਰ ਯੂਥੀਆਂ ਦਾ ਅਸਲ ਜਿਹੜਾ ਬਾਪ ਹੈ ਵੱਡਾ ਸਾਰਾ ਫਨੀਤ ਫੈਜ਼ ਅਮੀਦ ਉਹ ਤੇ ਗ੍ਰਿਫਤਾਰ ਹੋ ਚੁੱਕਿਆ ਔਰ ਉਸ ਤੋਂ ਬਾਅਦ ਯੂਥੀਆਂ ਦਾ ਮੁਰਸ਼ਿਦ ਜਿਹੜਾ ਉਹਨੂੰ ਸਾਲ ਹੋ ਗਿਆ ਗ੍ਰਿਫਤਾਰ ਹੋਇਆ ਇਹ ਰੋਹਾਨੀ ਬਾਪ ਹੈ ਯੂਥੀਆਂ ਦਾ ਇਹ ਯੂਥੀਆਂ ਦੀਆਂ ਜਿਹੜੀਆਂ ਔਰ ਨੇ ਨਾ ਉਹਨਾਂ ਨੂੰ ਰੋਹਾਨੀਅਤ ਦੇ ਜ਼ਰੀਏ ਲਾਂਦਾ ਜਿਵੇਂ ਪਿੰਡਾਂ ਥਾਵਾਂ ਤੇ ਸੰਡੇ ਮੱਜਾ ਨਹੀਂ ਲਾਂਦੇ ਪਿੰਡਾਂ ਵਾਲਿਆਂ ਨੂੰ ਉਤਪਤ ਸਵੇਰੇ ਸਵੇਰੇ ਈਮੀ ਇਹ ਜਿਹੜਾ ਰੋਹਾਨੀ ਬਾਪ ਸੀ ਇਹ ਯੂਥਨਾ ਲਾਂਦਾ ਸੀ ਜ਼ਮਾਨਪਾਰਕੇ ਚ ਰੋਹਾਨੀਅਤ ਦੇ ذریعے ਔਰ ਇਹ ਭਾਰਤੀ ਖੁਫੀਆ ਜਨਸੀ ਰਾਧਾ ਵੀ ਏਜੰਟ ਹੈ 10-12 ਕਰੋੜ ਰੁਪਈਆ ਇਹਨੇ ਉਹਨਾਂ ਕੋਲੋਂ ਮੰਥਲੀ ਦੋ ਮੰਥਲੀ ਜਾਂ ਤਿੰਨ ਮੰਥਲੀ ਇਹ ਲੈਂਦਾ ਇਹ ਜਿਹੜਾ ਫੜਿਆ ਗਿਆ ਇਹਦਾ ਨਾਂ ਔਰੀਆ ਮਕਬੂਲ ਜਾਨ ਇਨੇ 25 26 ਸਾਲਾਂ ਦੀ ਇੱਕ ਲੜਕੀ ਰੱਖੀ ਆ ਆਪਣੇ ਕੋਲ ਪਿਛਲੇ 10 ਸਾਲ ਤੋਂ ਔਰ ਉਹਨੂੰ ਇਹ ਵਰਤਦਾ ਔਰ ਧੀ ਬਣਾ ਕੇ ਰੱਖੇ ਰੱਖਦਾ ਜਿਵੇਂ ਉਹ ਮਿਸਾਲ ਨਹੀਂ ਮਸ਼ਹੂਰ ਕੇ ਦਿਨ ਕੋ ਭਾਈ ਭਾਈ ਤੇ ਰਾਤ ਨੂੰ ਚਾਰ ਪਾਈ ਇਹ ਉਹ ਕੁੜੀ ਰੱਖੀ ਕੈਮਰਾਮੈਨ ਆਪਣਾ YouTube ਚੈਨਲ ਚਲਾਉਣ ਆਸਤੇ ਤੇ ਉਹਨੂੰ 6 7 ਵਾਰੀ ਉਹਦੇ ਅੰਦਰ ਯੂਥ ਹੀ ਅਠੜਾ ਚੁਕਿਆ ਇਹ ਰੋਹਾਨੀ ਬਾਪ ਜਿਹੜਾ ਔਰ ਯੂਥੀ ਜਿਹੜੇ ਯੂਰਪ ਅਮਰੀਕਾ ਵਾਲੇ ਨੇ ਉਹਨਾਂ ਦੀਆਂ ਜਿੰਨੀਆਂ ਵੀ ਸਿਨਾ ਫੁੱਲ ਚੜੀਆਂ ਉਹ ਸਾਰੀਆਂ ਇਹ ਸਲਾਈਆਂ ਨੇ ਰੋਹਾਨੀਅਤ ਦੇ ਚੱਕਰ ਦੇ ਵਿੱਚ ਇਹ ਬਦਕਾਰਾਂ ਦਾ ਆਮ ਇਹਨੂੰ ਕਿਹਾ ਜਾਂਦਾ ਹੈ ਸਹਾਫਤੀ ਇਹ ਜ਼ਬਾਨ ਦੇ ਵਿੱਚ ਔਰੀਆ ਮਕਬੂਲ ਜਾਣ ਨੂੰ ਬਦਕਾਰੀ ਦੀ ਆਖਰੀ ਸ਼ਕਲ ਵੀ ਇਹਨੂੰ ਕਿਹਾ ਜਾਂਦਾ ਹੈ ਪਾਰਲੀਮਾਨੀ ਜ਼ਬਾਨ ਦੇ ਵਿੱਚ ਅਸ ਤੋਂ ਬਾਅਦ ਇਹ ਪਾਕਿਸਤਾਨ ਦੇ ਵਿੱਚ ਇੰਤਿਸ਼ਾਰ ਫੈਲਾਉਣ ਵਾਸਤੇ ਭਾਰਤੀ ਖੁਫੀਆ ਏਜੰਸੀ ਦਾ ਇੱਕ ਬਹੁਤ ਵੱਡਾ ਮੋਰਾ ਵੀ ਇਹਨੂੰ ਕਿਹਾ ਜਾਂਦਾ ਕੱਲ ਰਾਤ ਲਾਹੌਰ ਤੋਂ ਇਹ ਫਰਾਰ ਹੋ ਰਿਹਾ ਸੀ ਦੁਬਈ ਆਸਤੇ ਔਰ ਇਹਦੇ ਆਸਤੇ ਉਹ ਤੇ ਫਲੈਟ ਦਾ ਇੰਤਜ਼ਾਮ ਭਾਰਤੀ ਖੁਫੀਆ ਏਜੰਸੀ ਨੇ ਕੀਤਾ ਸਾਰਾ ਇੰਤਜ਼ਾਮ ਇਹਦਾ ਮੌਜੂਦ ਸੀ ਵੀਜ਼ਾ ਟਿਕਟ ਵੀ ਉਹਨਾਂ ਹੀ ਲੈ ਕੇ ਦਿੱਤੀ ਸੀ ਤੇ ਐਫਆਈਏ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਰਾਤ ਗਏ ਏਅਰਪੋਰਟ ਜਦੋਂ ਨਸਨ ਲੱਗਾ ਸੀ ਔਰ ਸਾਈਬਰ ਕਰਾਇਮ ਵਿੰਗ ਨੇ ਇਹਦੇ ਖਿਲਾਫ ਪਰਚਾ ਦਰਜ ਕਰ ਲਿਆ ਮੁਕਦਮਾ ਜਿਹੜਾ ਹੈ ਮੁਲਕ ਦੁਸ਼ਮਣੀ ਇੰਤਿਸ਼ਾਰ ਔਰ ਅਦਾਰਿਆਂ ਦੀ ਤਜ਼ਹੀਕ ਕਰਨ ਦਾ ਇਹਦੇ ਤੇ ਇਹ ਮੁਕਦਮਾ ਦਰਜ ਕਰ ਲਿਆ ਗਿਆ ਇਹ ਜ਼ਮਾਨ پارک ਦੇ ਵਿੱਚ ਰੋਹਾਨੀਅਤ ਦੇ ذریعے ਇਹ ਕੁੜੀਆਂ ਜਿਹੜੀਆਂ ਤਰੀਕ ਇਨਸਾਫ ਦੀਆਂ ਉਹਨਾਂ ਨੂੰ ਇਹ ਲਾਂਦਾ ਸੀ ਜਿਵੇਂ ਪਿੰਡਾਂ ਥਾਵਾਂ ਤੇ ਸੰਡੇ ਮੱਝਾਂ ਲਾਂਦੇ ਸੀ ਬਹੁਤ ਸ਼ੁਕਰੀਆ